ਅੱਜ ਵਾਲੀ ਇਹ ਵੀਡੀਓ ਮੇਰੇ ਦੋਸਤਾਂ ਲਈ ਬੜੀ ਦਿਲਚਸਪ ਤੇ ਬੜੀ ਖਾਸ ਹੋਣ ਲੱਗੀ ਏ। ਉਹਦੀ وجہ ਇਹ ਹੈ ਕਿ ਮੈਨੂੰ 100% ਆਪਣੀ ਇਸ ਗੱਲ ਤੇ ਯਕੀਨ ਏ ਕਿ ਦੋਸਤਾਂ ਨੇ ਪਹਿਲੇ ਕਦੇ ਇਸ ਤਰ੍ਹਾਂ ਦੀ ਵੀਡੀਓ ਕਿਸੇ ਵੀ ਚੈਨਲ ਤੇ ਨਹੀਂ ਦੇਖੀ ਹੋਣੀ। ਮੇਰੇ ਦੋਸਤ ਖੁਦ ਮੈਨੂੰ WhatsApp ਤੇ ਮੈਸੇਜ ਕਰਨਗੇ, ਵੀਡੀਓ ਦੇ نیچے ਕਮੈਂਟ ਕਰਨਗੇ ਕਿ ਭਾਈ ਅਬਦਲ ਵਾਹਿਦ ਵਾਕਈ ਅਸੀਂ ਇਸ ਤਰ੍ਹਾਂ ਦੀ ਜ਼ਮੀਨ ਅਸੀਂ ਇਸ ਤਰ੍ਹਾਂ ਦੀ ਵੀਡੀਓ ਅਸੀਂ ਇਸ ਤਰ੍ਹਾਂ ਦੀ ਗੱਲਬਾਤ ਪਹਿਲੇ ਕਿਸੇ ਵੀ ਚੈਨਲ ਤੇ ਨਹੀਂ ਸੁਣੀ ਹੈਗੀ ਅਸਲਾਮੁ ਅਲੈਕੁਮ ਦੋਸਤੋ ਵੇਖ ਰਹੇ ਹੋ ਤੁਸੀਂ ਆਪਣਾ YouTube ਚੈਨਲ ਪਾਕ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਬਦਲ ਵਾਹਿਦ ਜਿਨ੍ਹਾਂ ਮੇਰੇ ਦੋਸਤਾਂ ਨੇ ਆਪਣਾ ਚੈਨਲ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਅਗੇ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਨੂੰ ਕਰੋ ਓਕੇ ਤਾਂ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੁਸੀਂ ਉਹ ਵੀਡੀਓ ਵੇਖ ਸਕੋ ਸਭ ਤੋਂ ਪਹਿਲੇ ਕਿਉਂਕਿ ਇਹਦੇ ਵਿੱਚ ਤੁਹਾਡੇ ਦੋਸਤਾਂ ਦਾ ਫਾਇਦਾ ਹੈ ਆਪਣਾ ਫਾਇਦਾ ਨਹੀਂ ਹੈਗਾ ਤੁਹਾਡੇ ਦੋਸਤਾਂ ਦਾ ਫਾਇਦਾ ਹੈ ਕਿਉਂਕਿ ਆਪਣੀ ਮਿਹਨਤ ਦੀ ਕਮਾਈ ਆਪਾਂ ਨੂੰ ਇਵੇਂ ਜ਼ਾਇਆ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਕਿਸੇ ਚੰਗੀ ਜਗ੍ਹਾ ਤੇ ਲਾਣੀ ਚਾਹੀਦੀ ਹੈ ਲਿਆਜ਼ਾ ਤੁਸੀਂ ਦੋਸਤੋ ਉਹ ਦੇਖੋ ਵੀਡੀਓ ਜਿਹੜੀਆਂ ਹੁੰਦੀਆਂ ਨੇ ਬਿਲਕੁਲ ਹਕੀਕਤ ਯਾਨੀ ਕਿ ਜਿਹੜੀ ਵੀਡੀਓ ਫੇਕ ਨਹੀਂ ਹੁੰਦੀ ਤੁਸੀਂ ਉਹ ਵੇਖੋ ਜਿਵੇਂ ਮੈਂ ਹਰ ਮੂਵੀ ਦੇ ਵਿੱਚ ਗੱਲ ਕਰਦਾ ਹੁੰਦਾ ਹਾਂ ਨਾ ਤੁਸੀਂ ਫੇਕ ਤੋਂ ਬਚੋ ਤੇ ਹਕੀਕਤ ਵੱਲ ਆ ਜਾਓ ਤੇ ਹਕੀਕਤ ਵਿੱਚ ਫੇਕ ਵਿੱਚ ਕੀ ਫਰਕ ਹੁੰਦਾ ਹੈ ਹਰ ਮੂਵੀ ਦੇ ਸਭਨੇ ਸਕਰੀਨ ਤੇ ਆਪਣੇ ਕਾਲ ਐਂਡ ਵਟਸਐਪ ਨੰਬਰ ਲੱਗੇ ਹੁੰਦੇ ਨੇ ਤੇ ਮੈਂ ਯਾਨੀ ਅਬਦੁਲ ਵਾਹਿਦ ਤਵਾਡੇ ਪਰਾਵਾਂ ਦੇ ਸਾਹਮਣੇ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ WhatsApp ਨੰਬਰ ਲੱਗਿਆ ਹੁੰਦਾ ਹੈ ਤੁਸੀਂ ਕਿਸੇ ਵੀ ਟਾਈਮ ਵਾਇਸ ਮੈਸੇਜ ਕਰੋਗੇ ਚੈਟ ਕਰੋਗੇ ਤੁਹਾਨੂੰ ਫੌਰਨ ਉਹਦੀ ਰਿਪਲਾਈ ਮਿਲੇਗੀ WhatsApp ਤੇ ਇਹ ਹੁੰਦਾ ਇੱਕ ਨੰਬਰ ਕੰਮ ਦਾ ਪੱਕਾ ਸਬੂਤ ਤੁਸੀਂ ਦੋਸਤਾਂ ਨੇ ਕਾਲ ਤੇ ਭਰੋਸਾ ਨਹੀਂ ਕਰਨਾ ਹੈਗਾ ਜੀ ਕਿਉਂਕਿ ਹਮੇਸ਼ਾ ਤੋਂ ਕਾਲ ਤੇ ਅਗਾ ਪਿਛਾ ਹੋ ਜਾਂਦਾ ਹੈ ਯਾਨੀ ਕਿ ਬਾਅਦ ਟਾਈਮ ਦਰਾਨੇ ਮੁਸਰੂਫੀਅਤ ਨੰਬਰ ਹੁੰਦਾ ਹੈ ਪਾਵਰ ਆਫ ਲੇਕਿਨ ਨੰਬਰ ਬੰਦ ਹੋਵੇ ਯਾਨੀ ਕਿ ਮੋਬਾਈਲ ਨੰਬਰ ਬੰਦ ਹੋਵੇ ਤੇ ਵਟਸਐਪ ਤੇ ਮੈਸੇਜ ਪਿਆ ਹੁੰਦਾ ਹੈ ਕਿ ਪਤਾ ਹੁੰਦਾ ਹੈ ਕਿ ਫਲਾਹ ਭਾਈ ਦਾ ਇਹ ਵਟਸਐਪ ਤੇ ਵਾਇਸ ਮੈਸੇਜ ਆਇਆ ਪਿਆ ਆਪਾਂ ਇਹਦਾ ਜਵਾਬ ਦੇਣਾ ਹੈ ਇਸ ਲਈ ਤੁਸੀਂ ਦੋਸਤੋ ਕੋਸ਼ਿਸ਼ ਕੀਤਾ ਕਰੋ ਕਿ ਮੇਰੇ ਵਟਸਐਪ ਤੇ ਵਾਇਸ ਮੈਸੇਜ ਜਾਂ ਫਿਰ ਚੈਟ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਫੌਰਨ ਤੁਹਾਡੀ ਗੱਲਬਾਤ ਦਾ ਜਵਾਬ ਮਿਲੇ ਤੇ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ WhatsApp ਨੰਬਰ ਲੱਗਿਆ ਹੁੰਦਾ ਜੀ ਅਕਸਰ ਤੁਸੀਂ ਦੋਸਤੋ YouTube ਤੇ ਇੰਤਖਾਈ ਸਸਤੇ ਰਕਬੇ ਦੇਖ ਲੈਂਦੇ ਹੋ ਲੇਕਿਨ ਉਹਨਾਂ ਦੇ ਨੰਬਰ ਹੁੰਦੇ ਨੇ ਬੰਦ ਦੋਸਤੋ ਉਹ ਹੁੰਦੀਆਂ ਨੇ ਫੇਕ ਵੀਡੀਓ ਫੇਕ ਤੋਂ بچੋ ਹਕੀਕਤ ਵੱਲ ਆਜੋ ਦੋਸਤੋ ਹੁਣ ਆਪਾਂ ਆਣੇ ਆ ਆਪਣੇ ਮੇਨ ਟੌਪਿਕ ਵੱਲ ਜਿੰਦੀ ਮੈਂ ਗੱਲ ਕੀਤੀ ਸੀ ਨਾ ਕਿ ਆਪਣੀ ਅੱਜ ਵਾਲੀ ਇਹ ਵੀਡੀਓ ਦਿਲਚਸਪ ਆਖਰ ਕਿਉਂ ਹੋਏਗੀ ਆਪਣੀ ਇਹ ਵੀਡੀਓ ਅੱਜ ਵਾਲੀ ਆਖਰ ਇਹ ਖਾਸ ਕਿਉਂ ਹੋਏਗੀ ਉਹਨਾਂ ਦੀ وجہ ਹੈ ਕਿ ਮੇਰੇ ਦੋਸਤਾਂ ਨੂੰ ਮਿਲੇਗੀ ਅਨ ਕਰੀਬ ਇਨਸ਼ਾਅੱਲਾ ਬਹੁਤ ਜਲਦ ਇੱਕ ਮਰਬਾ ਜ਼ਰਾਈ ਜ਼ਮੀਨ ਇਹ ਜਿਹੜੀ ਆਪਾਂ ਦੋਸਤਾਂ ਨੂੰ ਸਾਹਮਣੇ ਸਕਰੀਨ ਤੇ ਦਿਖਾ ਰਹੇ ਹਾਂ ਨਾ ਜ਼ਮੀਨ ਦੋਸਤੋ ਇਹ ਜ਼ਮੀਨ ਨਹੀਂ ਹੈਗੀ ਇਹ ਤੇ ਵੈਸੇ ਮੈਂ ਦੋਸਤਾਂ ਨੂੰ ਥੋੜਾ ਜਿਹਾ ਬਾਹਰ ਨਿਕਲਿਆ ਨਲ ਮੇਰੇ ਚਲੋ ਇਹ ਫਸਲਾ ਆਪਣਾ ਸ਼ੌਕ ਦੋਸਤਾਂ ਨੂੰ ਵਖਾ ਦੇਣੇ ਆ ਯਾਨੀ ਕਿ ਤੁਸੀਂ ਦੋਸਤਾਂ ਨੇ ਆਪਣੀ ਆਵਾਜ਼ ਵੱਲ غور ਕਰਨੀ ਮੈਂ ਗੱਲ ਕਰਦਾ ਪਿਆ ਅਨਕਰੀਬ ਦੋਸਤਾਂ ਨੂੰ ਮਿਲੇਗੀ ਇੱਕ ਮਰਬਾ ਜ਼ਰਾਈ ਜ਼ਮੀਨ ਤੁਹਾਡੇ ਦੋਸਤਾਂ ਦੇ ਹਿਸਾਬ ਦੇ ਬਿਲਕੁਲ ਮੁਤਾਬਕ ਤੁਸੀਂ ਆਪਣੀਆਂ ਗੱਲਾਂ ਨੋਟ ਕਰ ਲਓ ਇਹ ਬੇਸ਼ੱਕ ਕਿ ਮੇਰੀ ਤਸਵੀਰ ਤੁਹਾਡੇ ਸਾਹਮਣੇ ਹੈਗੀ ਹੈ ਤੁਸੀਂ ਇੱਕ ਸਕਰੀਨਸ਼ਾਟ ਲੈ ਲਓ ਦੋਸਤੋ ਜ਼ਿਲ੍ਹਾ ਰਹੀਮ ਯਾਰ ਖਾਨ ਨੋਟ ਕਰ ਲਓ ਜ਼ਿਲ੍ਹਾ ਰਹੀਮ ਯਾਰ ਖਾਨ ਤਹਿਸੀਲ ਖਾਨਪੁਰ ਦੋਸਤੋ ਖਾਨਪੁਰ ਦੇ ਇਲਾਕੇ ਦੇ ਵਿੱਚ ਆਪਣੇ ਕੋਲੇ ਇੱਕ ਮਰਬਾ ਜ਼ਰੀ ਜ਼ਮੀਨ ਹੈ ਜਿਹੜੀ ਦੋਸਤਾਂ ਨੂੰ ਮਿਲੇਗੀ ਅਨੁਕ੍ਰੀਬ ਆਪਣੇ ਕੋਲੋਂ ਤੁਹਾਡੇ ਦੋਸਤਾਂ ਦੇ ਹਿਸਾਬ ਦੇ ਬਿਲਕੁਲ ਮੁਤਾਬਕ ਯਾਨੀ ਕਿ ਇੱਕ ਐਸੀ ਜ਼ਮੀਨ ਜਿੰਦੀ ਕੀਮਤ ਤੁਸੀਂ ਤੇ ਆਪਾਂ ਯਾਨੀ ਕਿ ਤੁਸੀਂ ਤੇ ਅਸੀਂ ਖੁਦ ਤੈਅ ਕਰਨੀ ਜਿੰਦੀ ਕੀਮਤ ਜ਼ਮੀਨ ਦੇ ਮਾਲਕ ਨੇ ਤੈਅ ਨਹੀਂ ਕਰਨੀ ਹੈਗੀ ਜਿਹੜੀ ਜ਼ਮੀਨ ਦੀ ਕੀਮਤ ਤੁਸੀਂ ਤੇ ਅਸੀਂ ਮਿਲ ਕੇ ਤੈਅ ਕਰਨੀ ਯਾਨੀ ਕਿ ਜਿਹੜੀ ਜ਼ਮੀਨ ਦੀ ਕੀਮਤ ਤੁਸੀਂ ਦੋਸਤਾਨ ਨੇ ਤੇ ਪਾਈ ਅਬਦਲ ਵਖਤ ਨੇ ਖੁਦ ਮਿਲ ਬੈਠ ਕੇ ਤੈ ਕਰਨੀ ਹੈ ਕਿ ਇਸ ਜ਼ਮੀਨ ਦੀ ਕੀਮਤ ਕਿੰਨੀ ਹੋਣੀ ਚਾਹੀਦੀ ਹੈ ਇਸ ਜ਼ਮੀਨ ਆਪਾਂ ਕਿਤੇ ਖਰੀਦ ਲਈਏ ਤੇ ਆਪਾਂ ਨੂੰ ਵਾਦੇ ਵਿੱਚ ਬਣੇਗੀ ਯਾਨੀ ਕਿ ਅਨਕਰੀਬ ਦੋਸਤਾਂ ਨੂੰ ਮੈਂ ਕਿ ਐਸੀ ਇੱਕ ਮਰਬਾ ਜ਼ਰਾ ਜ਼ਮੀਨ ਲੈ ਕੇ ਦੇਣੀ ਜਿਹੜੀ ਕਿ ਬਿਲਕੁਲ ਹੋਵੇਗੀ ਕਲੀਅਰ ਤੇ ਉਹਨਾਂ ਦੀ ਕੀਮਤ ਵੀ ਆਪਾਂ ਖੁਦ ਇਨਸ਼ਾਅੱਲਾ ਬੈਠ ਕੇ ਤੈ ਕਰਨੀ ਮਾਲਕ ਤੂੰ ਹਟ ਕੇ ਆਪਾਂ ਖੁਦ ਉਹ ਜ਼ਮੀਨ ਦੀ ਕੀਮਤ ਤੈ ਕਰਨੀ ਹੈ ਇਨਸ਼ਾਅੱਲਾ ਬਹੁਤ ਜਲਦ ਬਸ ਇੱਕ ਦੋ ਮਾਮਲੇ ਹੈਗੇ ਨੇ ਇਨਸ਼ਾਅੱਲਾ ਬਹੁਤ ਜਲਦ ਉਹ ਹੋ ਜਾਣਗੇ ਬਿਲਕੁਲ ਕਲੀਅਰ ਤੇ ਫਿਰ ਦੋਸਤਾਂ ਲਈ ਮੈਂ ਇੱਕ ਵੀਡੀਓ ਹੋਰ ਮਜ਼ੀਦ ਬਣਾਵਾਂਗਾ ਤੇ ਦੋਸਤਾਂ ਨੂੰ ਮੈਂ ਮੌਕੇ ਤੇ ਬੁਲਾਵਾਂਗਾ ਤੇ ਖੁਦ ਇਨਸ਼ਾਅੱਲਾ ਬੈਠ ਕੇ ਉਹ ਜ਼ਮੀਨ ਦੀ ਆਪਾਂ ਕੀਮਤ ਤੈ ਕਰਾਂਗੇ ਦੋਸਤੋ ਅਸਲ ਮੈਨ ਗੱਲ ਇਹ ਕਿ ਆਪਣੇ ਇੱਕ ਦੋਸਤ ਹੈਗੇ ਨੇ ਜਿਹੜੇ ਕਿ ਕਾਫੀ ਅਰਸੇ ਤੋਂ ਬਰੌਨ ਮੁਲਕ ਸ਼ਿਫਟ ਹੋ ਗਏ ਨੇ ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਸੀ ਕਿ ਭਾਈ ਅਬਦਲ ਵਾਹਦ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਮੁਕੰਮਲ ਫੈਮਿਲੀ ਅਸੀਂ ਬਰੌਨ ਮੁਲਕ ਸ਼ਿਫਟ ਹੋ ਗਏ ਆ ਯਾਨੀ ਕਿ ਅਸੀਂ ਪੱਕੇ ਪੱਕੇ ਬਾਹਰ ਚਲੇ ਗਏ ਆ ਕਾਫੀ ਸਾਲਾਂ ਦੇ ਤੇ ਹੁਣ ਜਿਹੜੀ ਆਪਣੀ ਇੱਕ ਮਰਬਾ ਜ਼ਮੀਨ ਪਈ ਏ ਜ਼ਿਲ੍ਹਾ ਰਹੀਮ ਯਾਰ ਖਾਨ ਤਹਿਸੀਲ ਖਾਣੂਪੁਰ ਉਤ ਤੁਸੀਂ ਖੁਦ ਸੇਲ ਕਰਨੀ ਹੈ ਯਾਨੀ ਕਿ ਜਿੱਥੇ ਤੁਹਾਨੂੰ ਠੀਕ ਲੱਗੇ ਜਿੱਥੇ ਤੁਹਾਡੇ ਜਿਹੜਾ ਕਿ ਹੋਣਗੇ ਕਸਟਮਰ ਉਹਨਾਂ ਨੂੰ ਠੀਕ ਲੱਗੇ ਤੁਸੀਂ ਉੱਥੇ ਆਪਣੀ ਜ਼ਮੀਨ ਦੇ ਦੇਣੀ ਤੇ ਜ਼ਮੀਨ ਦੀ ਕੰਡੀਸ਼ਨ ਮੈਂ ਦੋਸਤਾਂ ਨੂੰ ਦੱਸ ਦਿੰਨਾ ਕਿ ਜ਼ਮੀਨ ਪਈ ਹੈ ਕਾਫੀ ਸਾਲਾਂ ਦੀ ਗੈਰ آباد ਆਸਪਾਸ ਰਕਬੇ ਮੁਕੰਮਲ آباد ਹੈ ਕਿ ਨਹੀਂ ਯਾਨੀ ਕਿ ਦੋਸਤੋ ਜਿਹੜੀ ਜ਼ਮੀਨ ਦੀ ਆਪਾਂ ਗੱਲ ਕੀਤੀ ਆਂ ਨਾ ਉਹ ਜ਼ਮੀਨ ਫਿਲਹਾਲ ਤਕਰੀਬਨ ਕੋਈ 5 ਤੋਂ 7 ਸਾਲ ਹੋ ਗਏ ਨੇ ਕਿ ਉਹ ਜ਼ਮੀਨ ਗੈਰ ਆਬਾਦ ਪਈ ਹੋਈ ਹੈ ਕਿ ਪਹਿਲੇ ਆਬਾਦ ਹੈ ਸੀ ਲੇਕਿਨ ਪਾਈ ਹੋਰੀ ਜਿਵੇਂ ਕਿ ਮੈਂ ਦੋਸਤਾਂ ਨੂੰ ਪਹਿਲੇ ਗੱਲ ਕਰ ਚੁੱਕਿਆ ਨਾ ਕਿ ਪਾਈ ਹੋਰੀ ਬਾਹਰ ਚਲੇ ਗਏ ਨੇ ਪੱਕੇ ਪੱਕੇ ਬਾਹਰ ਸ਼ਿਫਟ ਹੋ ਗਏ ਨੇ ਬਰੋਨੇ ਮੁਲਕ ਤੇ ਹੁਣ ਉਹ ਜ਼ਮੀਨ ਸੇਲ ਕਰਨੀ ਹੈ ਜ਼ਮੀਨ ਤਕਰੀਬਨ ਕੋਈ 7 ਤੋਂ 8 ਸਾਲ ਤੋਂ ਗੈਰ ਆਬਾਦ ਪਈ ਹੋਈ ਹੈ ਆਸ-ਪਾਸ ਰਕਬੇ ਸਾਰੀ ਆਬਾਦ ਨੇ ਸਿਰਫ ਵਿੱਚ ਉਹ ਜ਼ਮੀਨ ਇੱਕ ਗੈਰਬਾਤ ਪਈ ਹੋਈ ਹੈ ਆਸ-ਪਾਸ ਜ਼ਮੀਨਾਂ ਨੂੰ ਨਹਿਰੀ ਪਾਣੀ ਲੱਗਦਾ ਪਿਆ ਮਨਜ਼ੂਰ ਹੋਇਆ ਹੈ ਲੇਕਿਨ ਇਹ ਜ਼ਮੀਨ ਦਾ ਨਹਿਰੀ ਪਾਣੀ ਮਨਜ਼ੂਰ ਫਿਲਹਾਲ ਆਪਾਂ ਦੋਸਤਾਂ ਨੂੰ ਕਰਵਾਉਣਾ ਪੈਣਾ ਹੈ ਬਿਜਲੀ ਮੌਕੇ ਤੇ ਮੌਜੂਦ ਹੈ ਪੱਕਾ ਰਸਤਾ ਇੰਤਖਾਈ ਕਰੀਬ ਹੈ ਨੀਚੇ ਸ਼ਰਤियां ਮਿੱਠਾ ਪਾਣੀ ਮੌਜੂਦ ਹੈ ਯਾਨੀ ਕਿ 100% ਉਸ ਇਲਾਕੇ ਚ ਨੀਚੇ शर्ती है मिठा पानी यानी कि जमीन कुछ साल तो पही है गैरबाद आस पास रकबे सारे आबाद ने सिर्फ वो जमीन गैरबाद पई है लेकिन लेवल पदरा प्लाट पे है क्योंकि पहले जमीन होंगी सी आबाद भाई उरी बार चले गए इस वास्ते हूँ जमीन और पही है गैर आबाद हूँ दोस्त मेरी मुकम्मल गलबात उम्मीद है समझ गए हो ਯਾਨੀ ਕਿ ਭਾਈ ਉਰ ਨੇ ਆਪ ਨੂੰ ਇਹ ਗੱਲ ਕੀਤੀ ਕਿ ਭਾਈ ਅਬਦੁਲ ਵਾਹਿਦ ਤੁਹਾਨੂੰ ਜਿੱਥੇ ਇਹ ਜ਼ਮੀਨ ਠੀਕ ਲੱਗੇ ਤੁਸੀਂ ਉੱਥੇ ਜ਼ਮੀਨ ਸੇਲ ਕਰ ਦੇਣੀ ਤੇ ਇਸ ਵਾਸਤੇ ਮੈਂ ਤੁਹਾਡੇ ਦੋਸਤਾਂ ਅੱਗੇ ਇਹ ਗੱਲ ਕੀਤੀ ਐ ਨਾ ਜਿੱਥੇ ਆਪਾਂ ਨੂੰ ਯਾਨੀ ਕਿ ਤੁਹਾਨੂੰ ਤੇ ਸਾਨੂੰ ਜ਼ਮੀਨ ਠੀਕ ਲੱਗੇ ਆਪਾਂ ਉੱਥੇ ਜ਼ਮੀਨ ਤੁਹਾਨੂੰ ਦੋਸਤਾਂ ਨੂੰ ਦੇ ਦੇਵਾਂਗੇ ਦੋਸਤਾਂ ਨੂੰ ਸਾਹਮਣੇ ਸਕਰੀਨ ਤੇ ਆਪਣਾ ਵਟਸਐਪ ਨੰਬਰ ਮਿਲ ਗਿਆ ਹੋਣਾ ਤੁਸੀਂ WhatsApp ਤੇ ਵਾਇਸ ਮੈਸੇਜ ਕਰਨਾ ਹੈ ਚੈਟ ਕਰਨੀ ਤੁਹਾਨੂੰ ਫੌਰਨ ਉਹਦੀ ਰਿਪਲਾਈ ਮਿਲੇਗੀ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ WhatsApp ਨੰਬਰ ਲੱਗਿਆ ਹੁੰਦਾ ਹੈ ਇਹ ਵੀ ਹੁੰਦਾ ਹੈ ਇੱਕ ਨੰਬਰ ਕੰਮ ਦਾ ਪੱਕਾ ਸਬੂਤ ਵਾਇਸ ਮੈਸੇਜ ਕਰੋ ਚੈਟ ਕਰੋ ਕਾਲ ਤੋਂ ਹਟ ਕੇ ਤੁਹਾਨੂੰ ਫੌਰਨ ਉਹਦੀ ਰਿਪਲਾਈ ਮਿਲੇਗੀ ਤੇ ਦੋਸਤੋ ਇਨਸ਼ਾ ਅੱਲਾਹ ਬਖਸ਼ਰ ਤੇ ਜ਼ਿੰਦਗੀ ਬਾਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼